بسم الله الرحمن الرحيم السلام عليكم ورحمة الله وبركاته Welcome to my channel مسجد مریش کپورتھلا انڈیا مسجد مریش کپورتھلا انڈیا کیسے تعمیر ہوئی آخری مہاراجہ جگجیت سنگھ مسلمان تھا کیا اس نے بیٹی کو مسجد دیکھنے سے باز رکھنے کے لیے کیا حکمت عملی اختیار کی سنیے بابا جی شاہ محمد عینی شاہد کے انکشافات ਮੁਸਲਮਾਨਾਂ ਨੂੰ ਛੇਰਾਂ ਨੇ ਪਹਿਲੀ ਵਾਰ ਮਾਮਲਾ ਲਾਇਆ ਸਿੱਖਾਂ ਨੇ ਚਾਰਾਂ ਨੇ ਮੁਸਲਮਾਨਾਂ ਨੇ ਕਿਹਾ ਵੀ ਸਾਡੇ ਤੇ ਦੋਵਾਂ ਨੇ ਵੱਧ ਲਾਇਆ ਉਹਨੇ ਕਿਹਾ ਵਾ ਦਸਾਂ ਜਾਂ ਲਾਣਾ ਉਹ ਪੰਜ ਸੱਤ ਸਾਲ ਪੈਸੇ ਇਕੱਠੇ ਕਰਕੇ ਮੁਸਲਮਾਨਾਂ ਦੇ ਪੈਸੇ ਨਾਲ ਮਹਿਜ ਦੀ ਤਿਆਰ ਕੀਤੀ ਮਹਾਰਾਜੀ ਨੇ ਸਿੱਖ ਸੀ ਕਰਤੂਝਲਾ ਸ਼ਾਹ ਸੀ ਉਹਦੇ ਵਿੱਚ ਮਹਿਜ ਨੇ ਬਣਾਈ ਤਿਆਰ ਕਰਕੇ ਮੌਲ ਵੀ ਰੱਖੇ ਦਿੱਲੀ ਨੂੰ ਲਿਆਉਂਦੇ ਅੱਛਾ ਆਪ ਜਾਣ ਕੇ ਲੇਟ ਜਾਂਦਾ ਸੀ ਮਸਜਿਦ ਦੇ ਵਿੱਚ ਜਮਿਆ ਰਹਿੰਦਾ ਜਮਾਨੇ ਪੜਦਾ ਸੀ ਉਹਨਾਂ ਲੇਟ ਜਾਂਦਾ ਮੁਸਲਮਾਨ ਨਹੀਂ ਸੀ ਜੁਮਾ ਫਿਰ ਵੀ ਪੜਦਾ ਸੀ ਹਾਂਜੀ ਅੱਛਾ ਹਾਂ ਸਿੱਖ ਸੀ ਉਹ ਸਿੱਖ ਸੀ ਤੇ ਦੇਸ ਵਿੱਚ ਲੇਟ ਗਿਆ ਜਮਿਆ ਰਹਿੰਦਾ ਤਾਂ ਮੌਲ ਵੀ ਉਹਦਾ ਇੰਤਜ਼ਾਰ ਕਰਦਾ ਰਿਹਾ ਤੇ ਉਹਦਾ ਦਿਮਾਗ ਖੁਸ਼ਬਾ ਦੱਬਦਾ ਅੱਛਾ ਉਹਨੇ ਕਿਹਾ ਮੈਂ ਖੰਡਵਾ ਤੇ ਅੱਲਾ ਦਾ ਭਰੋਣਾ ਵੀ ਮੇਰਾ ਭਰੋਣਾ ਮੈਨੂੰ ਕਿਉਂ ਦੇਖਿਆ ਤੂੰ ਟਾਈਮ ਨਾ ਆਪਣਾ ਕਿਉਂ ਨਹੀਂ ਭਰਾ ਚੱਲ ਚਲੇ ਜਾ ਛੁੱਟੀ ਕਰਾ ਕੇ ਛੁੱਟੀ ਕਰਾ ਕੇ ਹੋਰ ਰੱਖ ਉਹ ਦੁਨੀਆ ਜਿਹੜਾ ਵੇਖਿਆ ਉਹਨੇ ਮੈਨੇ ਨਹੀਂ ਦੇਖਿਆ ਉਹਨੇ ਆਪਣਾ ਟਾਈਮ ਨਾ ਮੁਸਲਮਾਨਾਂ ਦੀ ਪਹਿਲੇ ਵਕਤਾਂ ਉਹ ਰਸਤਾ ਸੀ ਮਹਿਜ ਨੂੰ ਜਾਂਦਾ ਤਾਂ ਖੂਹ ਦੇ ਲਟੈਰਾਂ ਪਾ ਕੇ ਨਾ ਉਹ ਝੰਡ ਕੀ ਪਾ ਕੇ ਤੇ ਲੰਘਣ ਨੂੰ ਰਾਹ ਬਣਾ ਸੀ ਹਾਥੀ ਵੀ ਉੱਥੋਂ ਦੀ ਲੰਘਣਾ ਸੀ ਉਹ ਦੋ ਤਿੰਨ ਸਾਲ ਹੋ ਗਏ ਚਾਰ ਸਾਲ ਖੂਹ ਤੇ ਲਟੈਰਾਂ ਪਾ ਕੇ ਬੰਦ ਕਰਕੇ ਰਸਤਾ ਤਿਆਰ ਕੀਤਾ ਉਹ ਜਦੋਂ ਹਾਥੀ ਉੱਥੋਂ ਦੀ ਲੰਘਿਆ ਉਹ ਸੇਕ ਨੇ ਲਟੈਰਾਂ ਜਿਹੜੀਆਂ ਜਿਹੜੀਆਂ ਪਾਈਆਂ ਨੇ ਖਾਣੀ ਹਾਥੀ ਖੂਹ ਦੇ ਵਿੱਚ ਸਣੇ ਲੜਕੀ ਅੱਛਾ ਰਸੇ ਪਾ ਕੇ ਉਹ ਲੜਕੀ ਜੀ ਉਹਦੀ ਕੱਢ ਦਿੱਤੀ ਫਿਰ ਐਲਾਨ ਹੋ ਗਿਆ ਸਾਡੇ ਇਲਾਕੇ ਸਾਰੇ ਦੀ ਸਾਰੇ ਸਵਾਲੇ ਪਿੰਡਾਂ 'ਚ ਹੁਣ ਪਾੜ ਪੱਟੋ ਕਈਆਂ ਟੋਕਰੀਆਂ ਲੈ ਕੇ ਦੂਰੋਂ ਤੁਰ ਕੇ ਕਿੰਨੇ ਚੋਂ ਪਾੜ ਪਟਾ ਕੇ ਸਕੂਲ ਦੇ ਵਿੱਚ ਚਲੀ ਲਗਿਆ ਤੇ ਫਿਰ ਹਾਥੀ ਕੱਢਿਆ ਕੀ ਫਿਰ ਅੱਛਾ ਕੱਢ ਕੇ ਚੱਲਿਆ ਗਿਆ ਉਸ ਵੇਲੇ ਤੇ ਜਾ ਕੇ ਬੇਟੀ ਨੂੰ ਕਿਹਾ ਤਾਂ ਨਾਮਾ ਖੁੱਲੇ ਤੇ ਮੈਂ ਮਨਾ ਕਰ ਰਹਾ ਕਿ ਮੁਸਲਮਾਨਾਂ ਨੇ ਮਹਿਲ ਤੋਂ ਸਿੱਖੜੀ ਦਿੱਤੀ ਆ ਉਹ ਨਹੀਂ ਦੇ ਸਕਦੀ ਤੂੰ ਜ਼ਬਰਦਸਤੀ ਕਹੀ ਮੇਰੇ ਕਾਇਰ ਹੈ ਤੇ ਲੇਖਾ ਹੀ ਆ ਤੇ ਗੱਲ ਸ਼ੁਕਰ ਕਰ ਤੂੰ ਮਰ ਨਹੀਂ ਗਈ ਨਾ ਕਰਾਮ ਮਜੀਦ ਪੱਥਰ ਦੀਆਂ ਸਜਤਾਂ ਦੇ ਕਰਾਮ ਮਜੀਦ ਸੋਨੇ ਦੀਆਂ ਤਾਰਾਂ ਨਾਲ ਲਿਖਿਆ ਵੀ ਮੇਰਾ ਤਾਰਾ ਕੀ ਨਾਂ ਸੀ ਤੁਹਾਡੇ ਇਲਾਕੇ ਦਾ ਬੁਲਾ ਇੰਡੀਆ ਡਿਸਕ੍ਰਿਪਸ਼ਨ ਮੈਂ ਇਸ ਕੀ ਹਿਸਟਰੀ ਮੈਨੇ ਦੇ ਦੀ ਹੈ।
वहाँ से भी स्टडी करें। उम्मीद है आपको वीडियो पसंद आई होगी। बहुत शुक्रिया मेरे चैनल पे आने का। ले ओ यार हवाले रब दे ए मेले चार दिना दे, उस दिन ईद मुबारक हो सी जिस दिन फिर मिलांगे। अल्लाह बेली।